ਕੈਨੇਡਾਪਰ ਚ ਹਰ ਸਾਲ ਰੋਡ ਕ੍ਰਾਸਿੰਗ ਦੌਰਾਨ ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਪਰ ਹੁਣ ਸਿਟੀ ਆਫ ਸਰੀ ਵੱਲੋਂ ਸੇਫਟੀ ਨੂੰ ਮੁੱਖ ਰੱਖਦਿਆਂ ਨਵਾਂ ਸਿਸਟਮ ਸ਼ੁਰੂ ਕੀਤਾ ਗਿਆ ਜਿਸ ਦੇ ਨਾਲ ਇੰਟਰਸੈਕਸ਼ਨ ਤੇ ਰੋਡ ਕ੍ਰਾਸਿੰਗ ਦੌਰਾਨ ਲੋਕਾਂ ਨੂੰ ਰੋਡ ਕ੍ਰਾਸ ਕਰਨ ਲਈ ਵਧ ਸਮਾਂ ਮਿਲੇਗਾ ਅਤੇ ਹਾਦਸੇ ਘਟ ਹੋਣਗੇ ਪਿਛਲੇ ਸਮੇਂ ਦੇ ਵਿੱਚ ਸਿਟੀ ਆਫ ਸਰੀ ਦੇ ਵਿੱਚ ਕਈ ਐਸੀਆਂ ਘਟਨਾਵਾਂ ਵਾਪਰੀਆਂ ਜਿੱਥੇ ਪੈਦਲ ਚਾਲਕਾਂ ਨੂੰ ਕਿਸੇ ਗੱਡੀ ਵੱਲੋਂ ਹਿੱਟ ਕਰ ਦਿੱਤਾ ਗਿਆ ਅਤੇ ਕਈਆਂ ਦੀਆਂ ਮੌਤਾਂ ਵੀ ਹੋ ਗਈਆਂ ਪਰ ਸਿਟੀ ਆਫ ਸਰੀ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਕੀ ਹੈ ਉਹ ਉਪਰਾਲਾ ਗੱਲਬਾਤ ਕਰਦੇ ਆ ਸਿਟੀ ਆਫ ਸਰੀ ਦੇ ਕੌਂਸਲ ਮਨਦੀਪ ਸਿੰਘ ਨਾਗਰਾ ਹੁਣਾਂ ਦੇ ਨਾਲ ਨਾਗਰਾ ਸਾਹਿਬ ਪਿਛਲੇ ਕਈ ਸਮੇਂ ਦੇ ਵਿੱਚ ਕਈ ਐਸੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਵਿੱਚ ਕਈ ਪੈਦਲ ਚਾਲਕਾਂ ਦੀ ਮੌਤਾਂ ਵੀ ਹੋ ਗਈਆਂ ਹੁਣ ਤੁਸੀਂ ਕੀ ਐਸਾ ਇਨੀਸ਼ੀਏਟਿਵ ਲਿਆ ਕੀ ਜਿਹਦੇ ਨਾਲ ਇਹ ਉਪਾਰਦਤਾ ਜਿਹੜੀਆਂ ਘਟਨਾਵਾਂ ਜਿਹੜੀਆਂ ਨੇ ਘਟ ਜਾਣ ਜੀ ਬਿਲਕੁਲ ਜਿਹੜਾ ਇਹ ਅਸੀਂ ਦੇਖਿਆ ਗਿਆ ਜਦੋਂ ਸਪੈਸ਼ਲੀ ਆ ਜਿਹੜੇ ਵਿంటర్ ਮੰਥ ਆ ਜਾਂਦੇ ਆ ਜਦੋਂ ਬਹੁਤ ਜਲਦੀ 4:30 ਵਜੇ 4 ਵਜੇ ਹਨੇਰਾ ਹੋ ਜਾਂਦਾ ਤੇ ਜਿਹੜੇ ਲੋਕ ਰੋਡ ਕਰਾਸ ਕਰ ਰਹੇ ਹੁੰਦੇ ਆ ਉਹਨਾਂ ਕੋਲ ਮੇਬੀ ਇਨਫ ਟਾਈਮ ਨਹੀਂ ਹੁੰਦਾ ਰੋਡ ਕਰਾਸ ਕਰਨ ਨੂੰ ਤੇ ਉਹ ਰਸ਼ ਚ ਕਰ ਰਹੇ ਆ ਐਟ ਦ ਸੇਮ ਟਾਈਮ ਉਧਰੋਂ orange light ਹੋ ਜਾਂਦੀ ਹੈ ਤੇ ਉਹ ਜਦੋਂ ਟਰਨ ਕਰਦੇ ਆ اسپੈਸ਼ਲੀ ਲੈਫਟ ਤੇ ਕਿੰਨੇ ਕੇਸਸ ਹੋਏ ਸੀਗੇ ਸਰੀ ਦੇ ਵਿੱਚ ਕਿ ਜਿੱਥੇ ਉਹਨਾਂ ਨੇ ਪ੍ਰੋਡੇਸਟਰੈਂਟਸ ਨੂੰ ਹਿੱਟ ਕੀਤਾ ਕਾਰਨ ਸੋ ਉਹਦੇ ਲਈ ਜ਼ਰੂਰੀ ਸੀਗਾ ਕਿ ਉਹ ਜਿਹੜਾ ਟਾਈਮ ਹੈ ਉਹ ਜ਼ਰੂਰ ਵਧਾਵੇ ਸੋ ਅਸੀਂ ਉਹਨੂੰ ਅਬਾਊਟ 15 ਸੈਕਿੰਡ ਦਾ ਟਾਈਮ ਹੋਰ ਐਡ ਕਰ ਦਿੱਤਾ ਤਾਂ ਕਿ ਪ੍ਰੋਡੇਸਟਰੈਂਟ ਨੂੰ ਇਨਾਫ ਟਾਈਮ ਮਿਲ ਜਾਵੇ ਕ੍ਰੋਸ ਕਰਨ ਨੂੰ ਤੇ ਇਦਾਂ ਦੀ ਜਿਹੜੀ ਹੈਪਨਿੰਗਸ ਹੋਈਆਂ اسپੈਸ਼ਲੀ ਸਰੀ ਦੇ ਵਿੱਚ ਆ ਪਿਛਲੇ 1 ਮਹੀਨੇ ਚ 3-4 ਡਿਫਰੈਂਟ ਡਿਫਰੈਂਟ ਹੈਪਨ ਹੋਏ ਸੋ ਉਹਨੂੰ ਦੇਖ ਕੇ ਸਾਨੂੰ ਲੱਗਿਆ ਕਿ ਜ਼ਰੂਰੀ ਹੈ ਕਿ ਦਾ ਟਾਈਮ ਇਨਕਰੀਸ ਕਰਨਾ ਸੋ ਉਹਦੇ ਨਾਲ ਅਸੀਂ ਹੋਪ ਕਰਦੇ ਆ ਕਿ ਇਦਾਂ ਦੇ ਜਿਹੜੇ ਐਕਸੀਡੈਂਟ ਆ ਉਹ ਫਿਊਚਰ ਚ ਪ੍ਰिवेंट ਹੋ ਸਕਣ ਇਹਦੇ ਵਿੱਚ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਆ ਕਿ ਉਹ ਕਈ ਵਾਰੀ ਸਲੋ ਚੱਲਦੇ ਨਹੀਂ ਚੱਲ ਸਕਦੇ ਨਹੀਂ ਤੇਜ਼ ਤੇ ਜ਼ਿਆਦਾ ਟਾਈਮ ਹੋਣ ਕਰਕੇ ਉਹ ਆਰਾਮ ਨਾਲ ਆਪਣਾ ਰੋਡ ਕ੍ਰੋਸ ਕਰ ਸਕਦੇ ਆ ਤੇ ਬਾਕੀ ਵਾਕਿਆਂ ਲਈ ਵੀ ਫਾਇਦਾ ਆ ਕਿਉਂਕਿ ਕਈ ਵਾਰੀ ਸਟੂਡੈਂਟ ਵੀ ਦੇਖੇ ਆ ਲਾਈਟ ਦੇਖ ਕੇ ਭੱਜਦੇ ਆ ਟਾਈਮ ਛੇਤੀ ਨਾ ਹੋ ਜਾਏ ਇਸ ਟਾਈਮ ਤੇ ਇਸ ਕਰਕੇ ਕਈ ਵਾਰੀ ਐਕਸੀਡੈਂਟ ਹੋਣ ਦਾ ਖਤਰਾ ਵੀ ਹੁੰਦਾ ਹੈ ਬਟ ਟਾਈਮ ਵੱਧ ਹੋਣ ਕਰਕੇ ਉਹਨਾਂ ਨੂੰ ਵੀ ਥੋੜਾ ਆਰਾਮ ਨਾਲ ਆ ਸਕਦੇ ਆ ਤੇ ਐਕਸੀਡੈਂਟ ਦੇ ਕਾਰਨ ਵੀ ਘੱਟ ਸਕਦੇ ਆ ਨਾਗਰ ਸਾਹਿਬਸ ਥੋੜਾ ਜਿਹਾ ਸਾਨੂੰ ਦੱਸੋ ਵਿਸਤਾਰ ਦੇ ਵਿੱਚ ਕਿ ਕਿਦਾਂ ਟਾਈਮਿੰਗ ਹੋਏਗੀ ਜੇ ਲੈਟਸ ਸੇ ਕਿ ਰੈੱਡ ਲਾਈਟ ਤੇ ਸਾਰੇ ਵਹੀਕਲਸ ਖੜੇ ਹੋ ਜਾਣ ਕਿਦਾਂ ਟੁਰਨ ਪੈਦਲ ਚੱਲਣ ਵਾਲਿਆਂ ਨੂੰ ਕਿਦਾਂ ਟਾਈਮਿੰਗ ਦਾ ਪਤਾ ਲੱਗੇ ਵੈਲ ਫਿਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਆਪਾਂ ਫੋਰ ਐਗਜ਼ਾਮਪਲ ਗ੍ਰੀਨ ਲਾਈਟ ਹੋ ਗਈ ਤੁਸੀਂ ਤੁਸੀਂ ਵਾਕ ਕਰ ਰਹੇ ਹੋ ਤਾਂ ਸੇਮ ਟਾਈਮ ਇੱਕ ਕਾਰ ਮਿਡਲ ਦੇ ਇੰਟਰਸੈਕਸ਼ਨ ਦੇ ਵਿੱਚ ਲੈਫਟ ਕਰਨ ਨੂੰ ਖੜੀ ਆ ਸੋ ਤੁਸੀਂ ਵਾਕ ਕਰ ਰਹੇ ਹੋ ਪਰ ਜਿਹੜੇ ਕੋਈ ਸੀਨੀਅਰ ਸਿਟੀਜ਼ਨ ਆ ਜਾਂ ਕੋਈ ਡਿਸੇਬਲ ਪਰਸਨ ਆ ਬਹੁਤ ਸਲੋ ਤੁਰਦੇ ਆ ਉਹਨਾਂ ਦੇ ਕਿਉਂਕਿ ਉਹ ਉਹਨਾਂ ਤੋਂ ਫਾਸਟ ਨਹੀਂ ਤੁਰਿਆ ਜਾਣਾ ਤੇ ਉਹ ਜਦੋਂ ਉਹ ਹਜੇ ਮਿਡਲ 'ਚ ਹੀ ਹੁੰਦੇ ਆ ਉਧਰੋਂ orange ਹੋ ਜਾਂਦੀ ਆ ਲਾਈਟ yellow light ਹੋ ਜਾਂਦੀ ਆ ਸੋ ਜਦੋਂ yellow light ਹੋ ਜਾਂਦੀ ਆ ਉਧਰੋਂ yellow left ਕਰਨ ਨੂੰ ਰਸ਼ ਕਰਦੇ ਆ ਪਰ ਉਹ ਹਜੇ ਮਿਡਲ 'ਚ ਹੀ ਹੁੰਦੇ ਆ ਸੋ ਜੇ ਇਨਫ ਟਾਈਮ ਹੋਊਗਾ ਉਹਨਾਂ ਦੇ ਕੋਲ ਉਹ ਆਪਣਾ ਪੂਰਾ ਰੋਡ ਕਰਾਸ ਕਰ ਸਕਦੇ ਆ ਤੇ ਦੂਸਰੀ ਕਾਰਾਂ ਵਾਲੇ ਰਸ਼ ਨਹੀਂ ਕਰਨਗੇ ਤੇ ਉਹ ਉਹ ਐਕਸੀਡੈਂਟ ਹੋਣ ਤੋਂ ਬਚਾਅ ਹੋ ਜਾਊਗਾ ਹਾਂਜੀ ਇਹ ਜਿਹੜਾ ਪੈਡੈਸਟਰਨ ਵਾਕ ਦਾ 15 ਸੈਕਿੰਡ ਟਾਈਮ ਵਧਾਇਆ ਗਿਆ ਹੈ ਬਹੁਤ ਹੀ ਐਪਰੀਸ਼ੀਏਬਲ ਸਟੈਪ ਆ ਇਹ ਚ ਕੀ ਹੁੰਦਾ ਕਈ ਵਾਰ ਬਜ਼ੁਰਗਾਂ ਕੋਲ ਟਾਈਮ ਤੇ ਰੋਡ ਨਹੀਂ ਕ੍ਰੋਸ ਹੁੰਦੀ ਜਾਂ ਕੋਈ ਲੇਡੀ ਹੁੰਦੀ ਉਹਦੇ ਨਾਲ ਬੱਚਾ ਹੁੰਦਾ ਆ ਟਾਈਮ ਤੇ ਕ੍ਰੋਸ ਨਹੀਂ ਕਰ ਸਕਦੇ ਉਹ ਉਹਨਾਂ ਲਈ ਇਹ ਬਹੁਤ ਫਾਇਦੇਮੰਦ ਹੋਊਗਾ ਟਾਈਮ ਤੇ ਕ੍ਰੋਸ ਹੋਊਗਾ ਭੱਜਣਾ ਨਹੀਂ ਪਾਊਗਾ ਮਿਸ ਹੈਪਨਿੰਗ ਹੋਣ ਦੇ ਐਕਸੀਡੈਂਟ ਹੋਣ ਦੇ ਚਾਂਸਸ ਘਟ ਜਾਣਗੇ ਕਦੀ ਕਦੀ ਜਦੋਂ ਮੈਂ ਲਾਈਟਾਂ ਤੋਂ ਕ੍ਰੋਸ ਕਰਨ ਲੱਗਦੇ ਆ ਕਿਸੇ ਵੇਲੇ ਨਹੀਂ ਲੱਗ ਜਾਂਦਾ ਲਾਈਟਾਂ ਦਾ ਟਾਈਮ ਜਿਹੜਾ ਖਤਮ ਹੋ ਜਾਂਦਾ ਵੈਸੇ ਵੀ ਗੁਰਦਰਾ ਸਾਹਿਬ ਨੂੰ ਆਉਣ ਲੱਗਿਆ ਉਹ ਸ਼ਾਮੀ ਸਵੇਰੇ ਜਦੋਂ ਆਉਨੇ ਆ ਲਾਈਟਾਂ ਦਾ ਟਾਈਮ ਜਿਹੜਾ ਵਧਾਇਆ ਇਹ ਤਾਂ ਬਹੁਤ ਵਧੀਆ ਕੰਮ ਹੈ ਬਹੁਤ ਵਧੀਆ ਕੀਤਾ ਇਹਨਾਂ ਨੇ ਜੀ ਸੋ ਜਿੰਨਾ ਟਾਈਮ ਵੱਧ ਮਿਲ ਜੂਗਾ ਪ੍ਰੋਟੈਸਟਿੰ ਨੂੰ ਓਨਾ ਜ਼ਿਆਦਾ ਪ੍ਰੋਟੈਸਟਿੰ ਫਿਰ ਸੇਫ ਹੋ ਜੂਗਾ ਕਈ ਵਾਰੀ ਇਦਾਂ ਦੀ ਕਿਓ ਸੀਨੀਅਰਸ ਕਈ ਵਾਰੀ ਆਪਣੇ ਆਪਾ ਦੇਖਦੇ ਨੇ ਕਿ ਅੱਜਕੱਲ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਕਾਫੀ ਸਾਰੇ ਦੇ ਵਿੱਚ ਆਏ ਹੋਏ ਉਹ ਕਈ ਵਾਰੀ ਪਿੱਛੇ ਭੱਜ ਕੇ ਆਉਂਦੇ ਹੁੰਦੇ ਆ ਜਦ ਤੱਕ ਉਹ ਹਜੇ ਮਿਡਲ 'ਚ ਹੀ ਪਹੁੰਚਦੇ ਨੇ ਜਾਂ ਨੂੰ ਉਧਰੋਂ ਹੋ ਜਾਂਦੀ ਆ ਰੈੱਡ ਲਾਈਟ ਹੋ ਜਾਂਦੀ ਆ ਸੋ ਉਹ ਥੋੜਾ ਜਿਹਾ ਟਾਈਮ ਇਨਕਰੀਸ ਕਰਨ ਦੇ ਨਾਲ ਐਂਡ ਆਫ ਦਿ ਡੇ ਸਾਡਾ ਫੋਕਸ ਇਹ ਆ ਕਿ ਜਿਹੜੇ ਐਕਸੀਡੈਂਟਸ ਆ ਉਹਨਾਂ ਨੂੰ ਉਹਨਾਂ ਨੂੰ ਪ੍ਰੀਵੈਂਟ ਕਰੀਏ ਸੋ ਹੋਪਫੁਲੀਆ ਕਿ ਹੁਣ ਜਿਹੜੇ ਇਦਾਂ ਦੇ ਐਕਸੀਡੈਂਟਸ ਘਟਣਗੇ ਮੇਰੇ ਖਿਆਲ ਨਾਲ 15 ਸੈਕਿੰਡ ਦੀ ਥਾਂ ਤੇ 10 ਸੈਕਿੰਡ ਵਧਾ ਦਿੰਦੇ ਸ਼ਾਇਦ ਥੋੜਾ ਜਿਹਾ ਬਿਹਤਰ ਰਹਿੰਦਾ ਕਿਉਂਕਿ ਜੇ ਹੁਣ 15 ਸੈਕਿੰਡ ਵਧਾਤਾ ਸਰੀਰ ਦੇ ਵਿੱਚ ਰਸ਼ ਪਹਿਲੇ ਬਹੁਤ ਜ਼ਿਆਦਾ ਹੈ ਤੇ ਹਰ ਇੰਟਰਸੈਕਸ਼ਨ ਤੇ ਕਾਫੀ ਗੱਡੀਆਂ ਹਰ ਬੱਲੇ ਸਟਕ ਰਹਿੰਦੀਆਂ ਨੇ ਸੋ ਇਹਦੇ ਨਾਲ ਕੀ ਹੋਣਾ ਕਿ ਹੁਣ ਹੋਰ ਜ਼ਿਆਦਾ ਟ੍ਰੈਫਿਕ ਜਿਹੜਾ ਸਟਕ ਹੋਊਗਾ ਸੋ ਮੇਰੇ ਹਿਸਾਬ ਨਾਲ 15 ਦੀ ਥਾਂ ਤੇ ਜੇ 10 ਸਕੰਡ ਵਧਾਏ ਜਾਂਦਾ ਜਿਆਦਾ ਵਧੀਆ ਸੀ ਉਹਦੇ ਡਿਸ ਡਿਸਐਡਵਾਂਟੇਜ ਵੀ ਹੈਗੇ ਨੇ ਕੁਝ ਕਿਉਂਕਿ ਗੱਡੀਆਂ ਗੱਡੀਆਂ ਦਾ ਟਰੈਫਿਕ ਬਹੁਤ ਸਟਕ ਹੋ ਸਕਦਾ ਕਿ ਗੱਡੀਆਂ ਵਿੱਚ ਗੱਡੀਆਂ ਦਾ ਟਾਈਮ ਵੱਧ ਗਿਆ 15 ਸਕੰਡ ਵਿੱਚ 15 ਗੱਡੀਆਂ ਇਕੱਠੀਆਂ ਹੋ ਸਕਦੀਆਂ ਨੇ ਇੱਕ ਇੱਕ ਇੰਟਰਸੈਕਸ਼ਨ ਤੇ ਤਾਂ ਕਰਕੇ ਗੱਡੀਆਂ 'ਚ ਵੀ ਪ੍ਰੋਬਲਮ ਆ ਸਕਦੀ ਹੈ ਜਿਹਨਾਂ ਨੂੰ ਇਹ ਨਵੇਂ ਪ੍ਰੋਗਰਾਮ ਨਾਲ ਜੋੜਿਆ ਗਿਆ ਆ অলਮੋਸਟ ਸਾਰੇ ਇੰਟਰਸੈਕਸ਼ਨ ਜਿਹੜੇ ਵੱਡੇ ਬਿਜ਼ੀ ਇੰਟਰਸੈਕਸ਼ਨਸ ਆ ਉਹ ਸਾਰਿਆਂ ਤੇ ਇਹ ਲਾਂਚ ਲਾਂਚ ਕਰਾਂਗੇ ਅਸੀਂ ਆ ਇਸ ਪ੍ਰੋਗਰਾਮ ਦੀ ਕਾਫੀ ਚਰਚਾ ਹੋ ਰਹੀ ਆ ਪੂਰੇ ਕੈਨੇਡਾ ਭਰ ਦੇ ਵਿੱਚ ਅਤੇ ਸਿਟੀ ਅਫਸਰੀ ਵੱਲੋਂ ਜੋ ਇਹ ਪ੍ਰਾਲਾ ਕੀਤਾ ਗਿਆ ਜਿਸ ਨਾਲ ਕਈ ਜਾਨਾਂ ਬਚ ਰਣਗੀਆਂ ਉਸ ਦੀ ਕਾਫੀ ਸ਼ਲਾਘਾ ਹੋ ਰਹੀ ਆ ਪੂਰੇ ਕੈਨੇਡਾ ਭਰ ਦੇ ਵਿੱਚ ਕੈਮਰਾਮੈਨ ਕਬਲਜੀਤ ਦੇ ਨਾਲ ਅਮਰਜੀਤ ਸਿੰਘ ਪੀਡੀਸੀ ਨਿਊਜ਼ ਸਰੀ ਕੈਨੇਡਾ